ਡਾਕਟਰ ਗੁਰਮਿੰਦਰ ਸਿੱਧੂ ਦੀ ਕਹਾਣੀ ਹੈ ਸਿਦਕਾਂ ਦਾ ਸਿਰਨਾਵਾ ਬਚਪਨ ਦੀਆਂ ਮਸਤੀਆਂ ਭਰਿਆ ਰੰਗਲਾ ਮੌਸਮ ਸੀ ਮੈਂ ਤੇ ਮੇਰੀ ਛੋਟੀ ਭੈਣ ਨਾਲ ਕੇ ਲੱਗੇ ਪਈ ਨਲਕੇ ਲੱਗੇ ਪਏ ਗਿੱਲੀ ਰੇਤ ਦੇ ਢੇਰ ਕੋਲ ਘਰ ਘਰ ਖੇਡ ਰਹੀਆਂ ਸੀ ਆਪਣੇ ਇੱਕ ਇੱਕ ਪੈਰ ਉਤੇ ਰੇਤ ਜਮਾ ਕੇ ਤੇ ਫਿਰ ਪੋਲੇ ਜਿਹੇ ਡੱਬ ਨਾਲ ਪੈਰ ਬਾਹਰ ਕੱਢ ਕੇ ਅਸੀਂ ਦੋ ਕਮਰੇ ਉਸਾਰਲੇ ਸਨ ਨਿੰਮ ਦੇ ਡੱਕਿਆਂ ਨੂੰ ਬਣ ਕੇ ਤਿਆਰ ਕੀਤੀ ਗਿੱਟਕ ਲੰਬੀ ਸੂਣ ਨਾਲ ਚੋਗਿਰਦੇ ਨੂੰ ਬੁਹਾਰਿਆ ਸੀ ਰੇਤ ਦੀਆਂ ਮਧਰੀਆਂ ਜੀਆਂ ਵਟਾਂ ਬਣਾ ਕੇ ਵੇੜੇ ਦੀਆਂ ਕੰਧਾਂ ਖੜੀਆਂ ਕਰ ਲਈਆਂ ਸਨ ਚੱਪਾ ਕੁ ਜਿੱਨਾ ਖੱppa ਗੇਟ ਵੱਜੋਂ ਛੱਡ ਲਿਆ ਸੀ ਇੱਕ ਗੁੱਠੇ ਕੰਧੋਲੀ ਵੀ ਬਣਾ ਲਈ ਸੀ ਚਿਕਣੀ ਮਿੱਟੀ ਗੋ-ਗੋ ਕੇ ਟਾਲੇ ਤੇ ਸੁਕਾਏ ਖਡੌਣਿਆਂ ਹਰ ਚੁੱਲੇ ਪੜੋਲੀਆਂ ਤੇ ਭਾਂਡੇ ਪਹਿਲਾਂ ਹੀ ਸਾਨੂੰ ਮਿਲੇ ਹੋਏ ਸੀ ਮਾਚਸ ਦੀਆਂ ਖਾਲੀ ਡੱਬੀਆਂ ਦੇ ਪੇਟੀਆਂ ਸੰਦੂਕ ਸਨ ਫੇਰੀ ਵਾਲੇ ਭਾਈ ਤੋਂ ਖਰੀਦੀ ਚੀਨੀ ਦੀ ਇੱਕ ਗਾਂ ਤੇ ਬੱਛਾ ਵੀ ਸੀ ਹੋਰ ਵੀ ਕਈ ਕੁਝ ਸੀ ਅਸੀਂ ਸਾਰਾ ਮਾਲ ਥਾਂ ਥਾਈ ਟਿਕਾ ਰਹੀਆਂ ਸੀ ਕਿ ਤੂੰ ਕਿ ਬਿਹੀ ਵਿੱਚੋਂ ਆਪਣਾ ਨਾਮ ਦਾ ਹੋਕਰਾ ਸੁਣਿਆ ਅਜੀ ਮੈਂ ਉੱਧਰ ਨੂੰ ਕੰਨ ਚੁੱਕੇ ਹੀ ਸੀ ਕਿ ਧੜਕ ਦੇ ਕੇ ਦਰਵਾਜ਼ਾ ਖੁੱਲ ਗਿਆ ਤੁਹਾਡੇ ਪਾਪਾ ਜੀ ਆ ਗਏ ਪਾਪਾ ਜੀ ਆ ਗਏ ਕੂਕ ਦਾ ਸਾਡਾ ਚチェਰਾ ਭਰਾ ਹੌਂਕਦਾ ਹੋਇਆ ਅੰਦਰ ਆ ਬੜਿਆ ਉਹ ਬੱਸ ੱਡੇ ਵੱਲ ਸਿਰ ਤੋੜ ਭੱਜ ਆਇਆ ਸੀ ਤੇ ਇੰਨਾ ਕੁ ਦੱਸ ਕੇ ਫਿਰ ਪਿੱਛੇ ਵੱਲ ਛੂਟ ਵੱਟ ਗਿਆ ਅਸੀਂ ਦੋਵੇਂ ਵੀ ਸਭ ਕੁਝ ਹੋਵੇਂ ਜਿਵੇਂ ਛੱਡ ਕੇ ਉੱਧਰ ਨੂੰ ਦੌੜ ਪਈਆਂ ਸਾਹਮਣੇ ਪਿਆ ਪਿੱਤਲ ਦਾ ਲੋਟਾ ਮੇਰੇ ਠੁੱਡੇ ਨਾਲ ਟੰ ਟੰ ਕਰਦਾ ਅੱਗੇ ਅੱਗੇ ਦੌੜਿਆ ਤੇ ਫੇਰ ਇੱਕ ਪਾਸੇ ਲੁੜਕ ਗਿਆ ਅੱਡੇ ਤੋਰੇ ਇੱਕ ਜੱਥਾ ਉਤਰਿਆ ਆਉਂਦਾ ਸੀ ਸਿਰ ਉੱਤੇ ਟਰੰਕ ਚੁੱਕੀ ਨਿੱਧਰਿਆਂ ਦਾ ਗੇਂਦੀ ਪਿੱਛੇ ਪਿੱਛੇ ਮੋਢੇ ਉੱਤੇ ਬੈਗ ਲਟਕਾਈ ਫੌਜੀ ਵਰਦੀ ਚ ਪਾਪਾ ਜੀ ਸੂਬੇਦਾਰ ਮੇਜਰ ਕਰਨੈਲ ਸਿੰਘ ਉਹਨਾਂ ਦੇ ਆਸ-ਪਾਸੇ ਪਿੰਡ ਚੋਂ ਲੱਗਦੇ ਸਾਡੇ ਤਾਈ ਚਾਚੇ ਭਰਾ ਬਾਬੇ ਤੇ ਮਗਰ ਖੜਮਸਤੀਆਂ ਕਰਦੇ ਆਉਂਦੇ ਸਾਡੇ ਹਾਨੀ ਅਸੀਂ ਇੱਕ ਦੂਜੇ ਤੋਂ ਮੂਰੇ ਭੱਜ ਕੇ ਪਾਪਾ ਜੀ ਨੂੰ ਚਿੰਬੜ ਗਈਆਂ ਓਏ ਬੱਲੇ ਬੱਲੇ ਕਹਿੰਦੇ ਆ ਉਹਨਾਂ ਸਾਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਫਿਰ ਹੱਸਦੇ ਹੱਸਦੇ ਆ ਬਗਲਾਂ ਤੋਂ ਚੁੱਕ ਕੇ ਹੂਟਾ ਜਿਹਾ ਦੇ ਕੇ ਹੁਣ ਉਹਨਾਂ ਦੀ ਸੱਜੀ ਖੱਬੀ ਬਾਹ ਨਾਲ ਝੂਲ ਝੂਲ ਕੇ ਮੜਕ ਨਾਲ ਪੱਬ ਚੁੱਕਦੀਆਂ ਸੀ ਜਿਵੇਂ ਕੋਈ ਰਾਜਕੁਮਾਰੀਆਂ ਸੀ ਬੇਬੇ ਹੋਰਾਂ ਨੇ ਬੈਠਕ ਖੋਲ ਕੇ ਵਾਧੂ ਕੁਰਸੀਆਂ ਮੂੜੇ ਢਾ ਦੇ ਦਿੱਤੇ ਸਾਰੇ ਜਣੇ ਆ ਕੇ ਉੱਥੇ ਸੱਜ ਗਏ ਪਹਿਲਾਂ ਖੈਰ ਸੁਖ ਪੁੱਛਣ ਵਰਗੀਆਂ ਗੱਲਾਂ ਬਾਤਾਂ ਤੇ ਫਿਰ ਠਾਕਿਆਂ ਦੇ ਫਾਰੇ ਛੁੱਟਣ ਲੱਗੇ। ਲੰਬੇ ਵਾਲੇ ਚੁੱਲ੍ਹੇ ਉੱਤੇ ਧਰੀ ਬਲਟੋਹੀ ਚ ਚਾਹ ਉਬਲਣ ਲੱਗ ਪਈ। ਬੀਜੀ ਤੇ ਭੂਆ ਜੀ ਚੌਂਕੇ ਚਾਰ-ਪਾਰ ਕਰ ਰਹੀਆਂ ਸਨ। ਅਸੀਂ ਦੋਵੇਂ ਭੈਣਾਂ ਕਾਂਸੀ ਦੇ ਥਾਲਾਂ 'ਚ ਪਾਣੀ ਦੇ ਗਲਾਸ ਤੇ ਚਾਹ ਦੀਆਂ ਪਿਆਲੀਆਂ ਟਿਕਾ ਕੇ ਬੈਠਕ ਤੇ ਚੌਂਕੇ ਵਿਚਾਲੇ ਪੰਭੀਰੀਆਂ ਬਣੀਆਂ ਹੋਈਆਂ ਸੀ। ਉਹ ਰੂਹਾਂ ਨੂੰ ਰੰਗਣ ਵਾਲਾ ਕੋਈ અલਬੇਲਾ आलम ਸੀ। ਅਸੀਂ ਚਾਹ ਨਾਲ ਲਟਬੋਰੀਆਂ ਹੋ ਰਹੀਆਂ ਸੀ। ਘਰ ਖੋਰ ਦਾ ਹੋਰ ਬਣ ਗਿਆ ਸੀ ਘਰ 'ਚ ਹਾਸਿਆਂ ਦੀ ਰੁੱਤ ਉੱਤਰਾਈ ਸੀ ਇਹ ਰੁੱਤ ਹਰ ਸਾਲ ਆਉਂਦੀ ਸਾਰੇ ਅਗਵਾੜ ਸਗੋਂ ਸਾਰੇ ਪਿੰਡ 'ਚ ਕਿਸੇ ਚਿਰ ਉਡੀਕੇ ਉਤਸਵਾਂ ਵਾਂਗ ਜਦੋਂ ਪਾਪਾ ਜੀ ਫੌਜ 'ਚੋਂ 2 ਮਹੀਨੇ ਦੀ ਛੁੱਟੀ ਆਉਂਦੇ ਉਨੇ ਦਿਨੀ ਘਰ 'ਚ ਹਰ ਵਕਤ ਗਹਿਮਾ ਗਮੀ ਰਹਿੰਦੀ ਇੱਕ ਤੁਰ ਦਾ ਦੂਜਾ ਆ ਜਾਂਦਾ ਚਾਹ ਦਾ ਦੇਗਾ ਚੜਿਆ ਰਹਿੰਦਾ ਮੀਟ ਮੁਰਗਾ ਰਿਜਦੇ ਰਹਿੰਦੇ ਚੁੱਲ੍ਹੇ ਤੇ ਮੰਡਿਆਂ ਦੀਆਂ ਥੱਬੀਆਂ ਲੈਂਦੀਆਂ ਬੈਠਕ 'ਚ ਫੌਜ ਦੇ ਕਿਸੇ ਕਹਾਣੀਆਂ ਤੇ ਪਿੰਡ ਦੇ ਦੁੱਖ ਸੁੱਖ ਚਰਚਿਤ ਹੁੰਦੇ ਵੇੜ ਆ ਕੇ ਕਿਆਂ ਨਾਲ ਛਣਕਦਾ ਰਹਿੰਦਾ ਪਾਪਾ ਜੀ ਦੇ ਜਾਂਦਿਆਂ ਹੀ ਉਛਲ-ਉਛਲ ਕੇ ਵਗਦੀਆਂ ਲਹਿਰਾਂ ਚਠੇਰਾ ਆ ਜਾਂਦਾ ਘਰ ਇੱਕ ਸ਼ਾਂਤ ਸਮੁੰਦਰ ਹੋ ਜਾਂਦਾ ਜ਼ਿੰਦਗੀ ਆਪਣੀ ਪਹਿਲੀ ਤੋਰੇ ਤੁਰਨ ਲੱਗਦੀ ਆਪਣੀਆਂ ਆਪਣੀ ਸਖੀਆਂ ਦੇ ਬਾਪੂਆਂ ਨੂੰ ਪਿੰਡ 'ਚ ਘੁੰਮਦੇ ਫਿਰਦੇ ਵੇਖ ਕੇ ਅਸੀਂ ਮਸੂਸੀਆਂ ਜੀਆਂ ਜਾਂਦਿਆਂ ਆਪਣਾ ਕੋਈ ਹਿੱਸਾ ਗਵਾਚ ਗਿਆ ਲੱਗਦਾ ਪਰ ਪਾਪਾ ਜੀ ਜਦੋਂ ਆਉਂਦੇ ਅਗਲੀ ਪਿਛਲੀ ਸਾਰੀ ਕਸਰ ਕੱਢ ਦਿੰਦੇ ਗੱਲੇ ਕਥੇ ਪਿਆਰ ਲਟਾਉਂਦੇ ਸਾਨੂੰ ਦੋਵਾਂ ਭੈਣਾਂ ਨੂੰ ਸਹਿਰਾਂ ਕਰਵਾਉਂਦੇ ਇੰਨੀਆਂ ਸਹਿਰਾਂ ਕਿ ਸਾਡੀਆਂ ਸਖੀਆਂ ਸਾਡੇ ਵੱਲ ਹਸਰਤ ਜਈ ਨਾਲ ਝਾਕਦੀਆਂ ਉਹਨਾਂ ਦੇ ਬਾਪੂ ਪਾਪਾ ਜੀ ਵਾਂਗ ਲਾਡੀਆਂ ਮਾਡੀਆਂ ਵੀ ਤਾਂ ਨਹੀਂ ਕਰਦੇ ਸੀ ਪਾਪਾ ਜੀ ਦੇ ਲਿਆਂਦੇ ਕੱਚ ਦੇ ਜਾਰਾਂ ਵਿੱਚ ਲਿਆਂ ਜੈਮ ਗੋਲੀਆਂ ਤੇ ਅਖਰੋਟਾਂ ਦੀਆਂ ਮੁਠਾਂ ਭਰ-ਭਰ ਕੇ ਬਾਲਾਂ ਨੂੰ ਵੰਡਦੀ ਮਾਂ ਕੋਈ ਸ਼ਾਣੀ ਹੁੰਦੀ ਜਦੋਂ ਟੀਨ ਦੇ ਡੱਬੇ ਖੋਲ ਕੇ ਰਸ ਭਿਜੇ ਅਨਾਨਾਸ ਦੀਆਂ ਗੋਲ-ਗੋਲ ਟੁਕੜੀਆਂ ਵਰਤਾਉਂਦੇ ਤਾਂ ਚੂਸ-ਚੂਸ ਕੇ ਖਾਂਦੀਆਂ ਨੂੰ ਸਾਨੂੰ ਪੂਰੀ ਕਾਇਨਾਤ ਸੁਆਦ ਸੁਆਦ ਲੱਗਦੀ ਉਹਨਾਂ ਦੇ ਜਾਣ ਬਾਦ ਵੀ ਇਹ ਬਾਤੀਆਂ ਹਾਨੀਆਂ ਵਿੱਚ ਸਾਡੀ ਸਰਦਾਰੀ ਬੁਲੰਦ ਰੱਖਦੀਆਂ ਨੇੜਲੀ ਕਿਸੇ ਛੌਣੀ 'ਚ ਉਹਨਾਂ ਨੂੰ ਕੁਆਟਰ ਮਿਲਿਆ ਹੁੰਦਾ ਤਾਂ ਵੱਡੇ ਦਿਨਾਂ ਦੀਆਂ ਛੁੱਟੀਆਂ ਉਹਨਾਂ ਕੋਲ ਹੀ ਗੁਜ਼ਾਰਦੀਆਂ ਸਾਡੇ ਜਾਂਦੇ ਉਹ ਭਾਨ ਨਾਲ ਨੱਕੋ ਨੱਕ ਭਰਿਆ ਡੋਰਿਆਂ ਕਟਾਵਾਂ ਵਾਲਾ ਝੋਲਾ ਮੇਰੇ ਹੱਥ ਫੜਾ ਦਿੰਦੇ ਅਸੀਂ ਨਿੱਤ ਉਹਦੇ 'ਚੋਂ ਪੈਸੇ ਕੱਢਦੀਆਂ ਸੇਲੀਆਂ ਨਾਲ ਨੇੜਲੀਆਂ ਦੁਕਾਨਾਂ ਤੋਂ ਅੰਮ ਪਾਪੜ ਤੇ ਹੋਰ ਚਟਪਟੀਆਂ ਚੀਜ਼ਾਂ ਖਰੀਦਦੀਆਂ ਤੇ ਚਟਾਕੇ ਮਾਰ ਮਾਰ ਖਾਂਦੀਆਂ ਕਦੀ ਬਲੌਰੀ ਬੰਟੇ ਖਰੀਦ ਕੇ ਪਿਲ ਚੋਟ ਖੇਡਦੀਆਂ ਰਹਦੀਆਂ ਛੁੱਟੀਆਂ ਮੁੱਕ ਜਾਂਦੀਆਂ ਪਰ ਇਹ ਭਾਂ ਨਾ ਮੁੱਕਦੀ ਔਣ ਵੇਲੇ ਮੈਂ ਅੱਧ ਖਾਲੀ ਜਿਆ ਝੋਲਾ ਉਹਨਾਂ ਨੂੰ ਫੜਾ ਦਿੰਦੀ ਤੇ ਹਾਈ ਸ਼ਾਬਾਸ਼ ਇਹ ਕਹਿੰਦੇ ਹੋਏ ਇਹਨੂੰ ਆਪਣੀ ਅਲਮਾਰੀ ਦੇ ਉੱਪਰਲੇ ਖਾਨੇ 'ਚ ਰੱਖ ਦਿੰਦੇ ਯਾਦਾਂ ਦੀ ਭਾਂ ਆਪਣੇ ਅੰਦਰ ਸਮੇਟੀ ਬੈਠਾ ਉਹ ਕੁਸਮੈਲਾ ਹੋ ਚੁੱਕਾ ਝੋਲਾ ਅਜੇ ਤੱਕ ਮੇਰੇ ਕੋਲ ਸੰਭਿਆ ਪਿਆ ਹੈ ਛੌਣੀਆਂ ਵਿੱਚ ਵੀ ਇਹਨਾਂ ਦੀ ਵਾਵਾ ਭਲ ਸੀ ਸਾਡੇ ਉੱਥੇ ਜਾਣ ਵੇਲੇ ਘਰ ਘਰ ਰੋਟੀਆਂ ਭੇਜੀਆਂ ਜਾਂਦੀਆਂ ਫਾਜੀ ਅੰਕਲ ਤੇ ਅਰਦਲੀ ਨੂੰ ਉਹਨਾਂ ਦੀ ਬੀਰਤਾ ਤੇ ਭਾਈਚਾਰਕ ਸਾਂਝ ਦੇ ਕisse ਸੁਣਾਉਂਦੇ ਰਹਿੰਦੇ ਸਹੇਲੀਆਂ ਦੀ ਰੀਤ ਸੀ ਅਸੀਂ ਉਹਨਾਂ ਨੂੰ ਕਦੇ ਪਾਪਾ ਜੀ ਕਦੇ ਬਾਪੂ ਜੀ ਕਦੇ ਬਾਉ ਜੀ ਕਦੇ ਪਾਪਾ ਜੀ ਆਖਦੀਆਂ ਪਰ ਉਹਨਾਂ ਨੇ ਕਦੀ ਵੀ ਨਹੀਂ ਸੀ ਟੋਕਿਆ ਸਗੋ ਜੋ ਕੁਝ ਅਸੀਂ ਬਣਾਉਣਾ ਚਾਹਿਆ ਅਸੀਂ ਉਹੀ ਉਹ ਬਣ ਗਏ ਸੀ ਮੇਰਾ ਗਿਆਨ ਬੋਧ ਵਸੀ ਕਰਨ ਲਈ ਉਹਨਾਂ ਨੇ ਮੇਰੀ ਨਿੱਕੀ ਹੁੰਦੇ ਤੋਂ ਹੀ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਅਜੇ ਅੱਖਰ ਉਠਾਣੇ ਸਿੱਖੇ ਸੀ ਕਿ ਉਹਨਾਂ ਨੇ ਬਾਲ ਸੰਦੇਸ਼, ਬਾਲਕ ਕੋਮਲ ਸੰਸਾਰ ਰਸਾਲੇ ਲਗਵਾ ਦਿੱਤੇ। ਵੱਡੀ ਹੋਈ ਤਾਂ ਇਹ ਪ੍ਰੀਤ ਲੜੀ ਆਰਸੀ ਕਵਿਤਾ 'ਚ ਵਟ ਗਈ। ਜਦੋਂ ਮੈਂ ਖੁਦ ਕਵਿਤਾ ਲਿਖਣ ਲੱਗੀ ਤਾਂ ਉਹਨਾਂ ਵੱਲੋਂ ਮਿਲਦੀ ਹੱਲਾਸ਼ੇਰੀ ਮੇਰੇ ਪਰਾਂ 'ਚ ਹੋਰ ਉਚੇਰੀ ਪ੍ਰਵਾਸ ਧਰ ਦਿੰਦੀ। ਮੇਰੇ ਉਡਾਰ ਹੋਂ ਤੱਕ ਤਾਂ ਉਹ ਸੇਵਾ ਮੁਕਤ ਹੋ ਕੇ ਘਰ ਵੀ ਆ ਗਏ ਸਨ। ਮੇਰੀਆਂ ਛਪੀਆਂ ਰਚਨਾਵਾਂ ਵਾਲੇ ਅਖਬਾਰ ਕੱਛੇ ਮਾਰ ਕੇ ਸਾਰੇ ਪਿੰਡ ਵਾਸੀਆਂ ਨੂੰ ਹੁਬ ਹੁਬ ਕੇ ਦਿਖਾਉਂਦੇ ਫਿਰਦੇ ਜਿਸ ਦਿਨ ਰੇਡੀਓ ਜਾਂ ਦੂਰਦਰਸ਼ਨ ਉਤੇ ਮੇਰਾ ਪ੍ਰੋਗਰਾਮ ਆਉਣਾ ਹੁੰਦਾ ਉਸ ਦਿਨ ਤਾਂ ਗਿੱਠ ਗਿੱਟ ਉੱਚੇ ਹੋ ਕੇ ਤੁਰਦੇ ਹੋਏ ਆਂਢੀਆਂ ਗੁਆਂਢੀਆਂ ਨੂੰ ਦੱਸਦੇ ਦੂਰ ਦੁਰਾਡੇ ਦੇ ਰਿਸ਼ਤੇਦਾਰਾਂ ਨੂੰ ਵੀ ਉਸ ਸਮੇਂ ਰੇਡੀਓ ਟੀਵੀ ਲਗਾਉਣ ਵਾਸਤੇ ਸੁਨੇਹੇ ਭੇਜਦੇ ਉਹ ਆਪ ਵੀ ਸ਼ੇਰੋ ਸ਼ਾਇਰੀ ਦਾ ਅਮੁਖ ਜ਼ਖੀਰਾ ਸਨ ਐਨ ਵਕਤ ਸਿਰ ਬੋਲਿਆ ਉਹਨਾਂ ਦਾ ਟੁਕਵਾ ਸ਼ੇਰ ਸੁਣਨ ਵਾਲਿਆਂ ਨੂੰ ਦੰਗ ਕਰ ਦਿੰਦਾ ਪਿੰਡ ਦੇ ਮੁੰਡੇ ਖੁੰਡੇ ਉਹਨਾਂ ਦੀ ਮਹਿਫਿਲ ਮਾਨਣ ਲਈ ਅਕਸਰ ਸਾਡੀ ਬੈਠਕ 'ਚ ਇਕੱਠੇ ਹੋਏ ਰਹਿੰਦੇ। ਉਮਦਾ ਸ਼ੇਰਾਂ, ਉੱਤਮ ਵਿਚਾਰ, ਟੁਕਾਂ ਤੇ ਉਹਨਾਂ ਦੀ ਆਪਣੀਆਂ ਨਜ਼ਮਾਂ ਨਾਲ ਭਰੀ ਹੋਈ ਕਾਲੀ ਡਾਇਰੀ ਮੇਰੀ ਸਭ ਤੋਂ ਅਮੀਰ ਜਾਇਦਾਦ ਹੈ। ਇਹੋ ਜਿਹੀ ਅਮੀਰ ਜਾਇਦਾਦ ਨੇ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਮਿਲੇ ਤਗਮੇ, ਚਾਂਦੀ ਦੇ ਗਲਾਸ ਤੇ ਕੁਝ ਬਹੁਮੁੱਲੀਆਂ ਕਿਤਾਬਾਂ ਉੱਚ ਪਾਏ ਦਾ ਸਾਹਿਤ ਪੜਨ ਦਾ ਤੇ ਉਹਨਾਂ ਨੂੰ ਹੱਦੋਂ ਵੱਧ ਜਨੂੰਨ ਸੀ। ਹਰ ਪੰਦਰਵਾੜੇ ਪਿੰਡ ਤੋਂ ਲੁਧਿਆਣੇ ਸੈਂਟਰਲ ਲਾਇਬ੍ਰੇਰੀ ਜਾਂਦੇ। ਪਹਿਲੀਆਂ ਕਿਤਾਬਾਂ ਮੋੜ ਕੇ ਨਵੀਆਂ ਲੈ ਆਉਂਦੇ ਕਿਤੇ ਵੰਡੇ ਜਾਂਦੇ ਤਾਂ ਉਹਨਾਂ ਦੇ ਬੈਗ 'ਚ ਇੱਕ ਕੁੜਤਾ ਪਜਾਮਾ ਇੱਕ ਜੋੜਾ ਚੱਪਲਾ ਟੂਥ ਬ੍ਰਸ਼ ਤੌਲੀਆ ਤੇ ਦੋ ਕਿਤਾਬਾਂ ਹੁੰਦੀਆਂ ਆਖਰੀ ਦੋ ਕਿਤਾਬਾਂ ਤਾਂ ਉਹਨਾਂ ਦੇ ਸਦਾ ਲਈ ਤੁਰ ਜਾਣ ਬਾਅਦ ਅਸੀਂ ਆਪ ਕਾਰਡ ਸਮੇਤ ਲਾਇਬ੍ਰੇਰੀ 'ਚ ਜਮ੍ਹਾਂ ਕਰਵਾ ਕੇ ਆਏ ਸੀ 9ਵੀਂ 10ਵੀਂ ਤੱਕ ਪਹੁੰਚਦੀਆਂ ਅਲਮਾਰੀਆਂ 'ਚ ਪਈ ਉਸਾਰੂ ਸਹਾਇਤ ਨੇ ਮੇਰੀ ਮੈਨੂੰ ਚੰਗੇ ਮੰਦੇ ਦੀ ਸੋਝੀ ਕਰਾਤੀ ਸੀ ਇਹਨਾਂ ਕਿਤਾਬਾਂ 'ਚ ਬਹੁਤ ਕੁਝ ਕਰਜ਼ੇ ਦੇ ਸਤਾਏ ਲੋਕਾਂ ਬਾਰੇ ਸੀ ਸ਼ਾਹਾਂ ਸ਼ਾਹੂਕਾਰਾਂ ਦੀ ਲੁੱਟ ਬਾਰੇ ਸੀ ਇੱਕ ਦਿਨ ਮੈਂ ਵਾਰਾਂਡੇ ਵਿੱਚ ਪਈ ਪੜ ਰਹੀ ਸੀ ਕਿ ਪਿਛਲੇ ਅੰਦਰ ਕੋਸਰਮੋਸਰ ਜੀ ਸੁਣੀ ਘਰਾਂ ਚੋਂ ਲੱਗਦੀ ਤਾਈ ਮੇਰੀ ਬੀਜੀ ਨੂੰ ਕਹਿ ਰਹੀ ਸੀ ਹੱਥ ਬਾळा ਹੀ ਤੰਗਾ ਕਰਤਾਰ ਕੁਰੇ ਜ਼ਰੂਰੀ ਗਰ ਜਾ ਆ ਗਈ ਜੇ ਕੁਛ ਨਗਦੀ ਦੇ ਦਾਂ ਤਾਂ ਵਿਆਜ ਜਿੰਨਾ ਤੂੰ ਕਹੀਂ ਕੁਝ ਦੇਰ ਬਾਅਦ ਬੀਜੀ ਦੀ ਲੋਹੇ ਦੀ ਪੇਟੀ ਖੁੱਲਣ ਦਾ ਖੜਾਕ ਹੋਇਆ ਮੈਂ ਪੰਘੋਲ ਉੱਥੇ ਮੁੱਦਾ ਮਾਰ ਕੇ ਬਕੈਣ ਵੱਲ ਨਸੀ ਜਿਹੜੀ ਡੱਬ ਖੜਬੀ ਛਾਵੇਂ ਪਾਪਾ ਜੀ ਸੈਨਿਕ ਸਮਾਚਾਰ ਪੜ੍ਹ ਰਹੇ ਸਨ ਉਹਨਾਂ ਦੇ ਕੋਲ ਜਾ ਕੇ ਬੋਲਿਆ ਹੀ ਨਾ ਜਾਵੇ ਗੱਜ ਨੱਕੋ ਨੱਕ ਭਰਿਆ ਹੋਇਆ ਟਪ ਟਪ ਹੰਝੂ ਕਿਰਨ ਲੱਗ ਪਏ ਹਟਕੋਰੀਆਂ ਵਿੱਚ ਹੀ ਦਸ ਹੋਇਆ ਤਾਈ ਜੀ ਦੇ ਘਰ ਅੱਜ ਨਾਲ ਰੋਟੀ ਨਹੀਂ ਪੱਕਦੀ ਤੇ ਬੀਜੀ ਵੀ ਅੱਜੂ ਪਾਪਾ ਜੀ ਉਹ ਨਹੀਂ ਪੈਰ ਉੱਠ ਕੇ ਬਾਟਾ ਚप्पल ਕਢੀਸ ਤੇ ਮੇਰੇ ਨਾਲ ਤੁਰ ਪਏ ਤਾਈ ਖੀਸੇ ਚ ਟਾਕੀ ਟੰਗਦੀ ਜਾ ਰਹੀ ਸੀ ਸੁਣੀ ਭਾਬੀ ਦਲੀਪ ਕੁਰੇ ਆ ਜਿਹੜਾ ਮਾਲ ਮੱਤਾ ਲਈ ਜਾਨੀ ਆ ਮੋੜਨ ਦੀ ਲੋੜ ਨਹੀਂ ਤੈਨੂੰ ਜਿਵੇਂ ਮਰਜ਼ੀ ਵਰਤੀ ਸਾਈ ਜੀ ਤੇ ਬੀ ਜੀ ਹੱਕੀਆਂ ਬਕੀਆਂ ਖੜੀਆਂ ਸੀ ਹੁਣ ਠੀਕ ਐ ਹੁਣ ਠੀਕ ਐ ਪਾਪਾ ਜੀ ਨੇ ਮੇਰੀ ਗੱਲ ਤੇ ਪਟੋਕੀ ਜੀ ਮਾਰੇ ਉਹ ਤਸੱਲੀ ਉਹ ਤਸਕੀਨ ਵੀ ਮੈਨੂੰ ਕੱਲ ਵਾਂਗ ਚੇਤੇ ਆ ਇਦਾਂ ਲੱਗਿਆ ਜਿਵੇਂ ਮੈਂ ਸਾਰਾ ਜਹਾਨ ਫਤਿਹ ਕਰਕੇ ਸਿਕੰਦਰ ਹੋ ਗਈ ਹੋਵਾਂ ਮੇਰੀ ਮੈਡੀਕਲ ਦੀ ਪੜ੍ਹਾਈ ਹਿੱਤ ਲੋੜਿੰਦੀਆਂ ਫੀਸਾਂ ਵਾਸਤੇ ਉਹਨਾਂ ਨੂੰ ਹੱਡਪਨ ਵੀ ਮੁਸ਼ਕਲਤ ਕਰਨੀ ਪਈ ਸੀ ਭਾਵੇਂ ਆਨਰੇਰੀ ਕੈਪਟਨ ਰਿਟਾਇਰ ਹੋਏ ਸੀ ਪਰ ਇੰਨੀ ਕੁ ਪੈਨਸ਼ਨ ਦਾ ਘਰ ਦੇ ਖੱਲਾਂ ਖੁੰਜੀਆਂ ਜੀ ਵੜ ਜਾਂਦੀ ਉੱਤਰ ਕੇ ਤੜਕੇ ਬਾਲਣ ਲਈ ਕਾਨੇ ਵੜਟਣ ਜਾਂਦੇ ਜਦੋਂ ਤੱਕ ਚੜੀ ਪਰਤ ਦੇ ਕੰਢ ਲੜ ਲੜ ਕੇ ਗੋਰੀਆਂ ਗੋਰੀਆਂ ਬਾਹਾਂ ਕੂਣੀਆਂ ਤੱਕ ਗੂੜੀਆਂ ਗੁਲਾਬੀ ਤੇ ਧੱਫੜੋ ਧਫੜੀ ਹੋਈਆਂ ਹੁੰਦੀਆਂ ਫਿਰ ਕਦੇ ਝੱਜਰ ਦੇ ਸੀਤ ਪਾਣੀ ਨਾਲ ਧੋਂਦੇ ਕਦੀ ਸਰੋਂ ਦਾ ਤੇਲ ਮਲਦੇ ਕੱਚੇ ਕੋਠੇ ਦੇ ਪਾਉਣ ਲਈ ਗਸਰਾ ਵੀ ਆਪ ਹੀ ਠਿੱਗਾਂ ਤੋਂ ਲੈ ਕੇ ਆਉਂਦੇ ਆਪ ਹੀ ਟੁਕਰਾ ਸਿਰ ਤੇ ਰੱਖ ਕੇ ਲੱਕੜ ਦੀ ਪੌੜੀ ਚੜ੍ਹਦੇ ਇੱਕ ਵਾਰ ਤਾਂ ਪੀੜ ਨਾਲ ਕੜਵੱਲਾਂ ਜੀਆਂ ਖਾਂਦੇ ਹੀਠਾਂ ਉਤਰੇ ਸੀ ਹਲਦੀ ਵਰਨਾ ਮੁਖ ਤਰੇਲੀ ਉਤਰੇਲੀ ਠੰਡਾ ਠਾਰ ਮੱਥਾ કરી ਡਾਕਟਰ ਲਿਆਉਣਾ ਪਿਆ ਸੀ ਪਰ ਕੁਝ ਦਿਨਾਂ ਬਾਅਦ ਹੀ ਰੰਬਾ ਪੱਲੀ ਚੁੱਕ ਕੇ ਮੱਝ ਲਈ ਕਾਂ ਕੋ ਤਨ ਤੁਰ ਪਈ ਸੀ ਸਰੀਰ ਉਹਨਾਂ ਦਾ ਨਰਮ ਹੀ ਸੀ ਪਰ ਇੱਛਾ ਸ਼ਕਤੀ ਅੰਬਰ ਨਾਲ ਬਰ ਮੇਚਦੀ ਸੀ ਕਦੀ ਕਿੰਨੀਆਂ ਸਾਰੀਆਂ ਮੱਝਾਂ ਖਰੀਦ ਕੇ ਤੇ ਭਈਆਂ ਰੱਖ ਕੇ ਦੁੱਧ ਤੋਂ ਆਮਦਨ ਭਾਲਦੇ ਕਦੀ ਜੀਪਾਂ ਖਰੀਦ ਕੇ ਜਗਰਾਉਂ ਤੋਂ ਸਵੇਰੇ ਸਵੇਰੇ ਤਾਲੀਆਂ ਸਬਜ਼ੀਆਂ ਲਿਆ ਕੇ ਹਟਵਾੜੀਆਂ ਨੂੰ ਦੰਦੇ ਕਦੀ ਕੋਈ ਔੜ ਪੌੜ ਕਰਦੇ ਮੈਂ ਉਹਨਾਂ ਨੂੰ ਕਈ ਸਾਰੇ ਪਾਪੜ ਵੇਲਦਿਆਂ ਵੇਖਦੀ ਤਾਂ ਕੋਈ ਨਾ ਕੋਈ ਵਜੀਫਾ ਪ੍ਰੀਖਿਆ ਦਿੰਦੀ ਰਹਿੰਦੀ ਇਓ ਕਿਤੇ ਨਾ ਕਿਤੇ ਖਰਚੇ ਦਾ ਜੁਗਾਰ ਹੋ ਜਾਂਦਾ ਪਰ ਉਹ ਥੋੜਾ ਕੀਤੇ ਕਿਸੇ ਤੰਗੀ ਤੁਰਸ਼ੀ ਦਾ ਭਾਵ ਨਹੀਂ ਸੀ ਕੱਢਦੇ ਸਗੋਂ ਹਮੇਸ਼ਾ ਖਿੜਖੜਾਉਂਦੇ ਰਹਿੰਦੇ ਨਾ ਹੀ ਕਿਸੇ ਲੋੜਵੰਦ ਦੀ ਇਮਦਾਦ ਕਰਨ ਵਾਲੇ ਉਹਨਾਂ ਦੇ ਮੱਥੇ ਤੇ ਕੋਈ ਧਿਉੜੀ ਹੁੰਦੀ ਪਿੰਡ ਵਾਲਿਆਂ ਨੂੰ ਇਹੀ ਲੱਗਦਾ ਰਹਿੰਦਾ ਕਿ ਉਹਨਾਂ ਵਰਗਾ ਦੌਲਤਮੰਦ ਖੁਸ਼ਹਾਲ ਬੰਦਾ ਹੋਰ ਕੋਈ ਹੈ ਹੀ ਨਹੀਂ ਵੈਸੇ ਖੁਸ਼ਹਾਲੀਆਂ ਉਦੋਂ ਹੀ ਆਈਆਂ ਜਦੋਂ ਸਾਡੀ ਦੋਵਾਂ ਭੈਣਾਂ ਦੀ ਪੜ੍ਹਾਈ ਮੁੱਕ ਗਈ ਤੇ ਸਾਡੇ ਹੱਥ ਪੀਲੇ ਹੋ ਗਏ ਸੀ ਪਰ ਇਹ ਤੋਂ ਬਾਅਦ ਵੀ ਜਿਵੇਂ ਅਕਸਰ ਮਾਪੇ ਸੁਰਖਰੂ ਹੋ ਜਾਂਦੇ ਐ ਉਹਨਾਂ ਸਾਡੀ ਮਦਦ ਤੋਂ ਕਿਨਾਰਾ ਨਹੀਂ ਸੀ ਕੀਤਾ ਜਦੋਂ ਵੀ ਵਕਤ ਨੇ ਔਖਾ ਸਵਾਲ ਪਾਇਆ ਸੀ ਹਾਜ਼ਰ-ਨਾਜ਼ਰ ਖੜੇ ਸੀ ਖਾਸ ਕਰਕੇ ਉਦੋਂ ਜਦੋਂ ਦੋ-ਦੋ ਵਾਰ ਚੋਰ ਸਾਡਾ ਘਰ ਖਾਲੀ ਕਰ ਗਏ ਸੀ ਜ਼ਿੰਦਗੀ ਦੇ ਸਫ਼ਰ 'ਚ ਜਦੋਂ ਕਦੀ ਮੈਨੂੰ ਤੇ ਮੇਰੇ ਹਮਸਫਰ ਬਲਦੇਵ ਨੂੰ ਕੜਕ ਦੀਆਂ ਧੁੱਪਾਂ ਪਰੇਸ਼ਾਨ ਕਰ ਦਿੰਦੀਆਂ ਤਾਂ ਅਸੀਂ ਦੋਵੇਂ ਧਰਤੀ ਦੇ ਉਸ ਟੁਕੜੇ ਵੱਲ ਤੁਰ ਪੈਂਦੇ ਸੀ ਜਿੱਥੇ ਪਾਪਾ ਜੀ ਦੇ ਸੰਘਣੇ ਬੋਣ ਵਰਗਾ ਹੱਥ ਸਾਨੂੰ ਢੀਕਦਾ ਹੁੰਦਾ ਸੀ ਜਿੱਥੇ ਮਮਤਾ ਦੀ ਮਖਮਲ ਵਿੱਚ ਹੀ ਹੁੰਦੀ ਸੀ ਪਾਪਾ ਜੀ ਔ ਬੱਲੇ ਬੱਲੇ ਕਹਿੰਦੇ ਹੋਏ ਜ਼ੋਰ ਦੀ ਕੁੱਟ ਕੇ ਇੱਕ ਨਾ ਲਾ ਲੈਂਦੇ ਫਿਰ ਹਾਲਚਾਲ ਪੁੱਛਦੇ ਹੋਏ ਉਵੇਂ ਹੀ ਕਲਾਵੇ ਚ ਕਸੀ ਬੈਠਕ ਚ ਲੈ ਜਾਂਦੇ ਜਿੱਥੇ ਕੰਸ ਉਤੇ ਉਹਨਾਂ ਨੇ ਬਦਾਮ ਭਨ ਭਨ ਮੇਰੇ ਲਈ ਗਿਰਿਆਂ ਦੀਆਂ ਸ਼ੀਸ਼ੀਆਂ ਭਰ ਕੇ ਰੱਖੀਆਂ ਹੁੰਦੀਆਂ ਇੱਕ ਸ਼ੀਸ਼ੀ ਦਾ ਟੱਕਣ ਖੋਲ ਕੇ ਮੈਨੂੰ ਫੜਾਉਂਦੇ ਸਰਾਨੇ ਵਾਲੇ ਪਾਸਿਓਂ ਗਧਾੜਾ ਚੁੱਕਦੇ ਉੱਥੇ ਬਹੁਤ ਸਾਰੇ ਅਖਬਾਰਾਂ ਰਸਾਲਿਆਂ ਦੀਆਂ ਕਾਤਰਾਂ ਪਈਆਂ ਹੁੰਦੀਆਂ ਇਹ ਮੇਰੀਆਂ ਹੀ ਕਵਿਤਾਵਾਂ ਕਹਾਣੀਆਂ ਹੁੰਦੀਆਂ ਜਾਂ ਜੇ ਕਿਸੇ ਨੇ ਮੇਰੇ ਬਾਰੇ ਕੁਝ ਲਿਖਿਆ ਹੁੰਦਾ ਉਹ ਵੀ ਤੇ ਕੁਝ ਕੁ ਦੁਰਲੱਭ ਤਸਵੀਰਾਂ ਨਾਲ ਹੀ ਪੰਜਾਬੀ ਅੰਗਰੇਜ਼ੀ ਹਿੰਦੀ ਦੀ ਸਾਹਿਤ ਸਮਗਰੀ ਜੋ ਮੇਰੇ ਨਾਲ ਸੰਬੰਧਤ ਨਹੀਂ ਪਰ ਵਿਸ਼ਵ ਪੱਧਰ ਦੀ ਹੁੰਦੀ ਤੇ ਪਾਪਾ ਜੀ ਚਾਹੁੰਦੇ ਮੈਂ ਉਹ ਪੜਾਂ ਮੈਂ ਬਦਾਮ ਮੜੱਕਦੀ ਹੋਈ ਹਾਂ ਹਾਂ ਕਰੀ ਜਾਂਦੀ ਇੱਕ ਵਾਰ ਐਵੇਂ ਅੰਦਰ ਜਾ ਕੇ ਬੈਠਣ ਲੱਗੇ ਸੀ ਕਿ ਬੀਬੀ ਨੇ ਚਾਹ ਲਿਆ ਕੇ ਮੇਜ਼ ਤੇ ਧਰਤੀ ਮੈਂ ਦੇਖ ਕੇ ਹੈਰਾਨ ਰਹੀ ਕਿ ਟੇਬਲ ਗਲਾਸ ਦੇ ਹੇਠਾਂ ਨਾ ਮੰਮੀ ਨਾ ਮੰਮੀ ਨਾ ਦੇ ਵਰਕੇ ਵਿਛੇ ਪਏ ਸਨ ਆਏ ਗਏ ਨੂੰ ਬਿਸਕਟ ਨਮਕੀਨ ਆਦੇਸ ਮੇਜ਼ ਤੇ ਪਰੋਸੇ ਜਾਂਦੇ ਸੀ ਲੱਸੀ ਜਾਂ ਚਾਹ ਦੀਆਂ ਘੁੱਟਾਂ ਪਰਦਾ ਮਹਿਮਾਨ ਇਹਦੇ ਬਾਰੇ ਹਲਕਾ ਜਿਹਾ ਪੁੱਛਦਾ ਪਾਪਾ ਜੀ ਸਾਰਾ ਵਰਤਾਂ ਤਾਂ ਉਹਦੇ ਅੱਗੇ ਖਿਲਾਰ ਦਿੰਦੇ ਉਹਨਾਂ ਕੋਲ ਅਕਸਰ ਪਿੰਡ ਵਾਲੇ ਕੋਈ ਫਾਰਮ ਪਰਵਾਉਣ ਕਿਸੇ ਮੁਕਦਮੇ ਬਾਰੇ ਸਲਾਹ ਲੈਣ ਕਿਸੇ ਨੌਕਰੀ ਵਾਸਤੇ ਅਰਜ਼ੀ ਲਿਖਵਾਉਣ ਸਕੂਲ ਜਾਂ ਹਸਪਤਾਲ ਦੀ ਸਹਾਇਤਾ ਲੈਣ ਆਈ ਰਹਿੰਦੇ ਉਹ ਇਸ ਤਰਕੀਬ ਨਾਲ ਅਗਲੇ ਵਿੱਚ ਉਤਸੁਕਤਾ ਜਗਾ ਕੇ ਉਹ ਸੰਦਰਤੀਆਂ ਦੀ ਕਦਰਦਾਨੀ ਬੀਜ ਦਿੰਦੇ ਇੰਜ ਉਹਨਾਂ ਨੂੰ ਧੀਆਂ ਬਚਾਉਣ ਦੀ ਮੁਹਿੰਮ 'ਚ ਸ਼ਾਮਲ ਕਰ ਲੈਂਦੇ ਉਹਨਾਂ ਦੀ ਕਿੰਨੀ ਹੁਸਨ ਅਦਾ ਸੀ ਆਪਣੀ ਧੀ ਦੇ ਝੰਡੇ ਵਾਲੀ ਬਾਹ ਨੂੰ ਆਪਣੇ ਹੱਥ ਨਾਲ ਹੋਰ ਉੱਚੇ ਰਾ ਚੁੱਕਣ ਦੀ ਬਾਪ ਬੇਟੀ ਦੇ ਰਿਸ਼ਤੇ ਦੀ ਬਰਾਬਰੀ ਕੋਲ ਆਲਮ ਦਾ ਕਿਹੜਾ ਰਿਸ਼ਤਾ ਕਰ ਸਕਦਾ ਹੈ ਭਲਾ ਕਿਸੇ ਦੀ ਸਿਫਤ ਕਰਨ ਦਾ ਵੀ ਉਹਨਾਂ ਦਾ ਆਪਣਾ ਮਕਸੂਦ ਅੰਦਾਜ਼ ਸੀ ਕੋਈ ਦਾਲ ਸਬਜ਼ੀ ਪਸੰਦ ਆਉਣੀ ਉਹਨਾਂ ਦੇ ਮੱਥੇ ਉੱਤੇ ਪਸੀਨੇ ਦੇ ਮੋਤੀ ਚਮਕਣ ਲੱਗਦੇ ਤਾਰੀਫ 'ਚ ਕੁਝ ਬੋਲਣ ਦੀ ਥਾਂ ਮੁਸਕਰਾਉਂਦੇ ਹੋਏ ਮੇਰਾ ਹੱਥ ਫੜ ਕੇ ਆਪਣੇ ਮੱਥੇ ਤੇ ਲਾ ਕੇ ਕਹਿੰਦੇ ਦੇਖ ਬੱਲਿਆ ਹੈ ਕਿਸੇ ਸਬੂਤ ਦੀ ਲੋੜ ਕਿ ਹੈ ਕਿਸੇ ਸਬੂਤ ਦੀ ਲੋੜ ਕਿ ਤੂੰ ਕਿੰਨਾ ਲذیذ ਖਾਣਾ ਬਣਾਇਆ ਉਹਨਾਂ ਦੀ ਵਿਖੋਲੇਤਰੀ ਸਹਿਨਸ਼ੀਲਤਾ ਵੀ ਵਿਸ਼ਵਾਸ ਤੋਂ ਪਰਲੇ ਪਾਰ ਦੀ ਸੀ ਨਾਨਕੇ ਗਏ ਸਾਡੇ ਦੋਵੇਂ ਭੈਣਾਂ ਦੇ ਚਾਰ ਜਵਾਕ ਉਹਨਾਂ ਨੂੰ ਗਧੇ ਗੇੜ ਚ ਪਾਈ ਰੱਖਦੇ ਪਰ ਮਜਾਲ ਹੈ ਉਹਨਾਂ ਦੇ ਚਿਹਰੇ ਤੇ ਕੋਈ ਸ਼ਿਕਨ ਵੀ ਆਈ ਹੋਵੇ ਸਾਰਾ ਦਿਨ ਨਿਆਣਿਆਂ ਨਾਲ ਨਿਆਣੇ ਬਣੇ ਰਹਿੰਦੇ ਉਹਨਾਂ ਦੀਆਂ ਝਲਬਲੀਆਂ ਤੇ ਠਹਾਕੇ ਲਾਉਂਦੇ ਚਾਰ ਕੁ ਸਾਲ ਦੇ ਮੇਰੇ ਬੇਟੇ ਉੱਤੇ ਇੱਕ ਵਾਰ ਨੱਚਣ ਦਾ ਭੂਤ ਸਵਾਰ ਹੋ ਗਿਆ। ਰੇਡੀਓ ਉੱਤੇ ਜਦੋਂ ਕੋਈ ਧੂਮ ਢੱਟਕੇ ਵਾਲਾ ਗਾਣਾ ਵੱਜਦਾ ਉਹ ਪਾਪਾ ਜੀ ਨੂੰ ਸਾਹਮਣੇ ਖੜਾ ਆ ਕੇ ਉਹਨਾਂ ਦੇ ਦੋਵੇਂ ਹੱਥ ਫੜ ਕੇ ਨੱਚਣ ਲੱਗ ਜਾਂਦਾ। ਚਾਂਬਲਿਆ ਹੋਇਆ ਉਹਨਾਂ ਦੀ ਪਿੰਜੜੀ ਉੱਤੇ ਸਣੇ ਬੂਟਾਂ ਠੁੱਡਾ ਮਾਰ ਦਿੰਦਾ। ਪਿੰਜੜੀਆਂ ਛਿੱਲੀਆਂ ਗਈਆਂ, ਖਰੀਂਡ ਵੀ ਆ ਗਈ ਪਰ ਉਹਨਾਂ ਨੇ ਇੱਕ ਵਾਰ ਵੀ ਮੁੰਡੇ ਨੂੰ ਮਨਾ ਨਹੀਂ ਕੀਤਾ। ਸੋ ਗੋਮਈ ਉਹਦੇ ਨਾਲ ਕਦਮ ਤਾਲ ਦਿੰਦੇ ਰਹੇ। ਇਹੀ ਬੇਟਾ ਜਦ 12-13 ਸਾਲ ਦਾ ਹੋ ਗਿਆ ਉਹਨਾਂ ਨਵੇਂ-ਨਵੇਂ ਵਿਅੰਜਨ ਬਣਾਉਣ ਦਾ ਸ਼ੌਕ ਚੜ ਗਿਆ। ਇੱਕ ਰਾਤ ਖਬਰੀ ਕੋਈ ਸੁਰੱਗਾ ਆਇਆ ਕਿ ਸੁਪਨਾ ਵੀ 2:00 ਵਜੇ ਉੱਠ ਕੇ ਕਰਾਰੀਆਂ ਕਰਾਰੀਆਂ ਚਿਪਸ ਬਣਾ ਲਿਆ ਤੇ ਫਿਰ ਸਾਰਿਆਂ ਨੂੰ ਗਰਮ ਗਰਮ ਖਾਣ ਲਈ ਜਗਾਉਣ ਲੱਗਾ ਚੁੱਪ ਕਰਕੇ ਸੌਣ ਦੇ ਅੱਧੀ ਰਾਤ ਨੂੰ ਇਹਨੂੰ ਸ਼ੁਦਾ ਚੜਿਆ ਜਿਹਦੇ ਕੋਲ ਪਲੇਟ ਲੈ ਜਾਂਦਾ ਘੁਰਕੀ ਜੀ ਖਾ ਕੇ ਪਰਤ ਆਉਂਦਾ ਪਰ ਪਾਪਾ ਜੀ ਉੱਠੇ ਚਟਕਾਰੇ ਲੈ ਲੈ ਚਿਪਸ ਖਾਦੀਆਂ ਮੱਥੇ ਦਾ ਮੁੜਕਾ ਦਿਖਾਇਆ ਤੇ ਉਹਨੂੰ ਵੱਡੀ ਸਾਰੀ ਥਾਪੀ ਦੇ ਕੇ ਫੇਰ ਹੀ ਸੁੱਤੇ ਸੰਵੇਦਨਸ਼ੀਲ ਉਸਰੇ ਦੇ ਸਨ ਇੱਕ ਵਾਰ ਹਾਲਾਤ ਐਸੇ ਬਣੇ ਕਿ ਕੋਈ ਸਦਮਾ ਸਾਰੇ ਪਰਿਵਾਰ ਤੇ ਆ ਵੀ ਹੋ ਗਿਆ ਦੂਜੇ ਜੀ ਤਾਂ ਕਦੀ ਰੋ ਲੈਂਦੇ ਕਦੀ ਆਪਸਟ ਦਿਲ ਹੌਲਾ ਕਰ ਲੈਂਦੇ ਪਰ ਪਾਪਾ ਜੀ ਸਭ ਨੂੰ ਧੀਰਜ ਬਣਾਉਂਦੇ ਰਹਿੰਦੇ। ਇਉਂ ਪ੍ਰਗਟ ਕਰਦੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਪਰ ਹੋਇਆ ਇਹ ਸੀ ਕਿ ਇੱਕ ਸਵੇਰ ਜਦੋਂ ਜਾਗੇ ਤਾਂ ਉਹਨਾਂ ਦੀ ਅੱਧੀ ਮੁੱਛ ਉੱਡ ਗਈ ਹੋਈ ਸੀ। ਅੰਦਰੇ-ਅੰਦਰ ਕੋਈ ਐਸਾ ਬਲੇਡ ਫਿਰਿਆ ਸੀ ਕਿ ਵਾਲਾਂ ਵਰਗੀ ਨਾਜ਼ੁਕ ਚੀਜ਼ ਆਪਣੀ ਜਗ੍ਹਾ ਉੱਤੇ ਖੜੀ ਨਹੀਂ ਸੀ ਰਹਿ ਸਕੀ। ਉਹਨਾਂ ਚਰਮੁੱਛਾਂ ਉੱਤੇ ਫਿਫਟੀ ਬਣ ਕੇ ਜੱਗ ਤੋਂ ਲੁਕਾਉਂਦੇ ਰਹੇ ਜਦ ਤੱਕ ਵਾਲ ਦੁਬਾਰਾ ਨਹੀਂ ਸੀ ਆ ਗਏ। ਵੱਡਿਆਂ ਦੀ ਸੇਵਾ ਸੰਭਾਲਦਿਆਂ ਰੋਸ਼ਨ ਪੈੜਾਂ ਵੀ ਸਾਡੇ ਮਨ ਮਸਤਕ 'ਚ ਉਹਨਾਂ ਨੇ ਹੀ ਪਾਈਆਂ। ਇਹ ਮੁਤਾਜ ਬੁੱਢਾਪਾ ਉਹਨਾਂ ਉੱਤੇ ਆਇਆ ਹੀ ਨਹੀਂ। ਅੱਤ ਦੇ ਸਿਆਲਾਂ 'ਚ ਜਦੋਂ ਬਾਹਰ ਕੋਰਾ ਜੰਮਣ ਲੱਗਦਾ ਉਹ ਅੰਦਰ ਲੋਗੜ ਜਾਂ ਨਮਦਾ ਸੇਕ ਕੇ ਬੇਬੇ ਜਾਨੀ ਸਾਡੀ ਦਾਦੀ ਜੀ ਦੀ ਰਜਾਈ 'ਚ ਰੱਖਦੇ ਰਹਿੰਦੇ ਜਾਂ ਤੱਤੇ ਤੱਤੇ ਪਾਣੀ ਵਾਲੀ ਕੱਚ ਦੀ ਬੋਤਲ ਤੌਲੀਏ 'ਚ ਲਪੇਟ ਕੇ ਉਹਦੇ ਪੈਰਾਂ ਕੋਲ ਧਰ ਦਿੰਦੇ। ਥੋ ਨਹੀਂ ਕਿ ਰਬੜ ਵਾਲੀ ਬੋਤਲ ਉਹਦਾ ਬਾਜ਼ਾਰ 'ਚ ਆਈ ਕਿ ਨਹੀਂ। ਖਰੀਦਣ ਦੀ ਸਾਡੀ ਪਰੋਖੋ ਨਹੀਂ ਸੀ। ਉਮਰ ਦੇ ਆਖਰੀ ਪੈਰ ਚ ਬੇਬੇ ਦੀ ਜੀਭ ਤੇ ਕੋਈ ਜ਼ਖਮ ਹੋ ਗਿਆ ਤੇ ਰੋਟੀ ਦੀ ਬੁਰਕੀ ਉਹਨੂੰ ਵਾਢਾਂ ਪਾਉਂਦੀ ਸੀ ਉਹ ਸਿਰਫ ਦੁੱਧ ਚ ਡਬਲ ਰੋਟੀ ਜਾਂ ਕਸਟੜੀ ਖਾ ਸਕਦੀ ਹੁੰਦੀ ਇਹ ਸਭ ਪਾਪਾ ਜੀ ਆਪ ਰਸੋਈ ਚ ਜਾ ਕੇ ਤਿਆਰ ਕਰਦੇ ਕੋਸੇ ਪਾਣੀ ਦੀ ਬਾਲਟੀ ਲਿਆ ਕੇ ਉਹਦੇ ਚਰਨ ਡੁਬੋਂਦੇ ਉਹ ਆਪਣੇ ਹੱਥਾਂ ਨਾਲ ਮਲਦੇ ਫਿਰ ਸਾਡੇ ਸਾਫੇ ਨਾਲ ਪਹੁੰਚ ਕੇ ਮਲਕੜੇ ਜੇ ਬਿਸਤਰੇ ਚ ਧਰ ਦਿੰਦੇ ਫਿਰ ਖਾਣੇ ਵਾਲੀ ਬਾਟੀ ਲਿਆ ਕੇ ਪੜਾਉਂਦੇ ਉਦੋਂ ਤੱਕ ਸੇਕ ਨਿਕਲ ਗਿਆ ਹੁੰਦਾ ਤੇ ਬੇਬੇ ਆਸਾਨੀ ਨਾਲ ਖਾ ਸਕਦੀ ਹੁੰਦੀ ਗਰਮੀਆਂ ਚ ਕੋਲ ਬੈ ਕੇ ਖਜੂਰੀ ਪੱਖੇ ਚੱਲਦੇ ਰਹਿੰਦੇ ਸੱਚ ਤਾਂ ਇਹ ਹੈ ਕਿ ਬੇਬੇ ਵਰਗਾਈ ਸਦਕ ਸਿਰੜ ਵਾਲਾ ਸੀ ਉਹਦਾ ਇਹ ਪੁੱਤ ਜਿਹਨੂੰ ਮੈਂ ਕਦੇ ਪਾਠ ਕਰਦਿਆਂ ਨਹੀਂ ਦੇਖਿਆ ਤੇ ਨਾ ਹੀ ਕਦੇ ਇਸ ਨਿਤ ਦੇ ਨੇਮ ਤੋਂ ਖੁੰਝਦਿਆਂ ਦੇਖਿਆ ਉਹਨਾਂ ਦਾ ਸਿਰੜ ਤਾਂ ਸੀ ਹੀ ਬੇਮਿਸਾਲ ਚਾਹੇ ਪੀੜਾ ਅੰਦਰੋਂ ਕੁਤਰਾ ਕਰ ਰਹੀਆਂ ਹੋਣ ਪਰ ਉਹਨਾਂ ਦੀ ਜ਼ੁਬਾਨ ਉੱਤੇ ਉਹਨਾਂ ਦਾ ਜ਼ਿਕਰ ਤੱਕ ਨਹੀਂ ਸੀ ਹੁੰਦਾ ਅੰਦਰੇ-ਅੰਦਰ ਸਭ ਕੁਝ ਪੀ ਕੇ ਉੱਪਰੋਂ ਮੁਸਕਰਾਉਂਦੇ ਰਹਿੰਦੇ ਕਦੀ-ਕਦੀ ਉਹ ਮੈਨੂੰ ਘਟਾ-ਘਟ ਜ਼ਾਹਿਰ ਪੀਣ ਵਾਲੇ ਸ਼ਿਵਜੀ ਵਰਗੇ ਲੱਗਦੇ ਜਿਨ੍ਹਾਂ ਦੇ ਮੂੰਹ ਤੇ ਕਲਤਣ ਦੀ ਕੋਈ ਰੇਖਾ ਨਹੀਂ ਸੀ ਆਈ 70ਵਿਆਂ ਚ ਆ ਕੇ ਉਹਨਾਂ ਦੇ ਜਿਸਮ ਨੇ ਬੇਵਫਾਈ ਸ਼ੁਰੂ ਕਰ ਦਿੱਤੀ ਨਿਤ ਨਵੀਆਂ ਆਲਮ ਤਾਂ ਉੱਪਰ ਆਉਂਦੀਆਂ ਊਰਜਾ ਵਹੀਣ ਦਿਲ ਦੇ ਮਸਮਸਾ ਸਾਹਾਂ ਦੀ ਗੱਡੀ ਘੜੀ ਸੰ ਵਰਗੀਆਂ ਪਰ ਪਾਪਾ ਜੀ ਸਨ ਕਿ ਕਿਸੇ ਗੱਲ ਨੂੰ ਲਵੇ ਹੀ ਨਾ ਲੱਗਣ ਦਿੰਦੇ ਜਦੋਂ ਆਖਰੀ ਵਾਰ ਸਾਡੇ ਕੋਲ ਆਏ ਤਾਂ ਆਉਂਦੀਆਂ 10000 ਦੀ ਗੱਥੀ ਬਲਦੇਵ ਨੂੰ ਫੜਾ ਦਿੱਤੀ ਇਹ ਕਿਉਂ ਪਾਪਾ ਜੀ ਰੱਖੋ ਆਪਣੇ ਕੋਲ ਕਹਿੰਦਾ ਬਲਦੇਵ ਮੋੜਨ ਲੱਗਿਆ ਤਾਂ ਬੋਲੇ ਲੈ ਲੈ ਬੇਟਾ ਕਦੇ ਲੋੜ ਪੈ ਜਾਂਦੀ ਹੁੰਦੀ ਹੈ ਫਿਰ ਜੇਬ ਚੋਂ ਸੋਨਾ ਜਿਹਾ ਚਾਬੀ ਛੱਲਾ ਕੱਢ ਕੇ ਕਹਿੰਦੇ ਇਹ ਵੀ ਸਾਹਮ ਲੈ ਯਾਦਗਿਰੀ ਹੁੰਦਾ ਸਾਡੇ ਬੱਚੇ ਉਹਨਾਂ ਨੂੰ ਬੜੀ ਸ਼ਿੱਦਤ ਨਾਲ ਉਡੀਕਦੇ ਉਹਨਾਂ ਦੇ ਆ ਕੇ ਬੈਠਦੇ ਹੀ ਵਾਪਸੀ ਦੀ ਚਿੰਤਾ 'ਚ ਗਰਸੇ ਪੁੱਛਦੇ ਪਾਪਾ ਜੀ ਹੁਣ ਰਹੇ ਹੋਗੇ ਨਾ ਸਾਡੇ ਕੋਲ ਛੇਤੀ ਤਾਂ ਨਹੀਂ ਜਾਉਗੇ ਤੇ ਪਾਪਾ ਜੀ ਕੁਝ ਦਿਨਾਂ ਬਾਅਦ ਜਾਣ ਲਈ ਕੋਈ ਬਹਾਨਾ ਸੁਣਾ ਦਿੰਦੇ ਉਸ ਦਿਨ ਫਲਾਣੇ ਦੀ ਰਜਿਸਟਰੀ ਹੈ ਫਲਾਣੇ ਦੀ ਭੋਗ ਹੈ ਜਾਣਾ ਪੈਣਾ ਵਗੈਰਾ ਵਗੈਰਾ ਤੇ ਅਸੀਂ ਉਸ ਅਨੁਸਾਰ ਹੀ ਅਗਲੇ ਪ੍ਰੋਗਰਾਮ ਬਣਾਉਂਦੇ ਇਸ ਵਾਰ ਬੋਲੇ ਹੁਣ ਮੈਂ ਸਾਰੇ ਕੰਮ ਓਕਾਂ ਆਇਆ ਜਿੰਨਾ ਚਿਰ ਕਹੋਗੇ ਉਹਨਾਂ ਚਿਰ ਰਹੂੰਗਾ ਤੁਹਾਡੇ ਕੋਲ ਬੱਚੇ ਖੁਸ਼ੀ ਚ ਚਾਂਬੜਾ ਪਾਉਣ ਲੱਗ ਪਏ ਪਰ ਉਹਨਾਂ ਦੇ ਪੈਰ ਸੁੱਜ ਪੜੋਲਾ ਬਣੇ ਸੀ ਬਲਦੇਵ ਨੇ ਚਿੰਤਾ ਜ਼ਾਹਰ ਕੀਤੀ ਤਾਂ ਬੋਲੇ ਨਹੀਂ ਬਈ ਕੁਝ ਨਹੀਂ ਹੋਇਆ ਮੈਨੂੰ ਇਹ ਤਾਂ 4 ਘੰਟੇ ਬੱਸ ਚ ਰਹਿਣ ਕਰਕੇ ਹੋ ਗਿਆ ਕੁਝ ਦਿਨਾਂ ਬਾਅਦ ਪੇਟ ਕਾਫੀ ਫੁੱਲਿਆ ਹੋਇਆ ਪਾਪਾ ਜੀ ਤੁਹਾਨੂੰ ਐਸਿਡਿਟੀ ਹੋ ਗਈ ਲੱਗਦੀ ਹੈ ਪਾਪਾ ਜੀ ਤੁਹਾਨੂੰ ਐਸਿਡਿਟੀ ਹੋ ਗਈ ਲੱਗਦੀ ਐ ਬਲਦੇਵ ਫੁਸਫਸਾਇਆ ਹਾਂ ਮੈਨੂੰ ਵੀ ਲੱਗਦਾ ਕੱਲ ਹਸਪਤਾਲ ਲਿਜਾ ਕੇ ਦਿਖਾਈਏ ਪਾਪਾ ਜੀ ਨੂੰ ਚੱਲਣ ਲਈ ਕਿਹਾ ਤਾਂ ਪੈਰਾਂ ਤੇ ਪਾਣੀ ਨਾ ਪੈਣ ਦੇ ਨਖੇ ਲੱਸੀ ਬਹੁਤ ਸੁਆਦ ਸੀ ਮੈਂ ਭਰਿਆ ਜੱਗ ਪੀ ਗਿਆ ਤਾਂ ਫੁੱਲਿਆ ਲੱਗਦਾ ਢਿੱਡ ਹੋਰ ਕੋਈ ਪ੍ਰੋਬਲਮ ਨਹੀਂ ਜ਼ੋਰ ਅਜ਼ਮਾ ਲਿਆ ਪਰ ਉਹ ਜਾਂਚ ਪੜਤਾਲ ਲਈ ਹਸਪਤਾਲ ਨਹੀਂ ਗਏ ਜਿਉਂ ਨਹੀਂ ਕਿ ਉਸ ਜੱਗ ਨਹੀਂ ਸੀ ਸਾਰੀ ਉਮਰ ਲੋਕਾਂ ਦੇ ਮੱਥਿਆਂ 'ਚ ਦੀਵੇ ਬਾਲਦਿਆਂ ਲੰਘਾਈ ਸੀ ਉਹਨਾਂ ਨੇ ਸਭ ਕਾਸੇ ਦਾ ਇਲਮ ਸੀ ਉਹਨਾਂ ਨੂੰ ਬਸ ਆਪਣੇ ਲਈ ਕਿਸੇ ਹੋਰ ਨੂੰ ਔਖ ਨਹੀਂ ਸੀ ਦੰਦੇ। ਧੀਆਂ ਜਵਾਈਆਂ ਨੂੰ ਤਾਂ ਬਿਲਕੁਲ ਹੀ ਨਹੀਂ। ਅਸੀਂ ਬਹੁਤਾ ਹੀ ਖੇੜੇ ਪੈ ਜਾਂਦੇ ਤਾਂ ਕਹਿੰਦੇ ਮੈਂ ਹਸਪਤਾਲ 'ਚ ਰੋਲਣਾ ਨਹੀਂ ਚਾਹੁੰਦਾ ਬਲਦੇਵ। ਮੇਰੀ ਆਖੀ ਮੰਨ ਲਓ ਮਿੰਨਤ ਵਾਲੀ ਗੱਲ ਐ। ਮੈਂ ਅੱਖਾਂ ਭਰ ਲੈਂਦੀ। ਮੇਰੇ ਸਿਰ ਤੇ ਹੱਥ ਫੇਰਦੇ ਆਖਦੇ ਕਿਉਂ ਡੋਲਦੀ ਐ? ਉਹ ਹੈ ਨਾ ਪਾਤਸ਼ਾਹ ਦਾ ਪਾਸ਼ਾ। ਮੈਂ ਦਸਵਾਂ ਦੁਆਰ ਦੇਖ ਲਿਆ ਹੁਣ ਮੌਤ ਤੇ ਜ਼ਿੰਦਗੀ 'ਚ ਕੋਈ ਫਰਕ ਨਹੀਂ ਲੱਗਦਾ। ਸ਼ਾਇਦ ਇਹੋ ਜੀਆਂ ਅਨੁਭੂਤੀਆਂ ਕਰਕੇ ਉਹਨਾਂ ਨੇ ਆਪਣੇ ਵੱਲ ਰਿਸਕ ਦੀ ਆਉਂਦੀ ਮੌਤ ਨੂੰ ਬੜੇ ਜੇਰੇ ਨਾਲ ਸਵੀਕਾਰ ਕਰ ਲਿਆ ਸੀ ਰਾਤੀ ਕਿਸੇ ਸਮੇਂ ਉਹਨਾਂ ਨੂੰ ਖੂਨ ਦੀ ਉਲਟੀ ਆਈ ਸੀ ਉਹ ਬਿਨਾਂ ਖੜਕਾ ਕੇ ਤੇ ਬਾਥਰੂਮ ਗਏ ਸਾਰਾ ਕੁਝ ਸਾਫ਼ ਕਰਕੇ ਨਹਾਤੋਂ ਆਏ ਫਿਰ ਠਾਠੀ ਬਣ ਕੇ ਰਜਾਈ 'ਚ ਵੜ ਗਏ ਉਹ ਤਾਂ ਸਵੇਰੇ ਬਲਦੇਵ ਬਾਥਰੂਮ ਗਿਆ ਤਾਂ ਉਹਨੇ 플ਸ਼ ਦੇ ਟੱਕਣ ਪਿੱਛੇ ਖੂਨ ਦੇ ਛਿੱਟੇ ਦੇਖ ਲਏ ਤੇ ਆ ਕੇ ਪਾਪਾ ਜੀ ਨੂੰ ਪੁੱਛਿਆ ਬੋਲੇ ਹਾਂ ਆਇਆ ਸੀ ਥੋੜਾ ਜਿਹਾ ਲਹੂ ਪਰ ਉਹ ਸ਼ਾਇਦ ਮੱਛੀ 'ਚ ਕੰਡਾ ਹੋਣਾ ਉਹ ਕਿਤੇ ਚੁਭ ਗਿਆ ਹੋਣਾ ਪਰ ਪਾਪਾ ਜੀ ਮੱਛੀ ਖਾਧੀ ਨੂੰ ਤਾਂ ਕਈ ਦਿਨ ਹੋ ਗਏ ਮੈਂ ਫਿਕਰ ਦੀ ਸਿਖਰ ਤੇ ਸੀ ਮੈਨੂੰ ਕੁਝ ਨਹੀਂ ਹੋਇਆ ਤੁਸੀਂ ਜਾ ਕੇ ਰਾਮ ਨਾਲ ਰੋਟੀ ਪਾਣੀ ਚੱਕੋ ਤੇ ਆਪੋ ਆਪਣੀ ਡਿਊਟੀ ਤੇ ਜਾਓ ਪਰ ਪਾਪਾ ਜੀ ਗੁਰਮੇਂਦਰ ਸਿਆਂ ਕਮਰ ਕੱਸੇ ਕਰ ਦਿੱਲੀ ਜਾਣ ਲਈ ਇਹ ਮੌਕਾ ਸਾਰਿਆਂ ਨੂੰ ਮਿਲਦਾ ਕਿਤੇ ਉਸ ਵਰੇ ਮੈਨੂੰ ਪਹਿਲੀ ਵਾਰ ਗਣਤੰਤਰ ਦਿਵਸ ਤੇ ਕਵੀ ਦਰਬਾਰ ਵਾਸਤੇ ਲਾਲ ਕਿਲੇ ਬੁਲਾਇਆ ਗਿਆ ਸੀ ਤੇ ਪਾਪਾ ਜੀ ਆਪਣੇ ਆਪ ਨੂੰ ਦਿੱਲੀ ਦੇ ਤਖਤ ਉੱਤੇ ਬੈਠਾ ਮਹਿਸੂਸ ਕਰ ਰਹੇ ਸੀ ਜਿਸ ਦਿਨ ਦਾ ਸੱਦਾ ਪੱਤਰ ਆਇਆ ਸੀ ਉਹਨਾਂ ਤੋਂ ਖੁਸ਼ੀ ਸੰਭ ਹੀ ਨਹੀਂ ਸੀ ਜਾ ਰਹੀ ਮੈਂ ਨਹੀਂ ਕਿਤੇ ਜਾਣਾ ਜੂਣਾ ਤੁਸੀਂ ਠੀਕ ਨਹੀਂ ਪਾਪਾ ਜੀ ਉਹਨਾਂ ਦਾ ਪੀਲਾ ਭੂਕ ਰੰਗ ਤੇ ਨਿਲੱਤਨ ਫੜ ਰਹੇ ਸੁੱਕੇ ਸਿੱਕਰੇ ਹੋਠ ਮੇਰੇ ਮੇਰਾ ਮਨੋਬਲ ਰਸਤਵਲ ਰਸਤਲਵਲ ਲਾ ਜਾ ਰਹੇ ਸਨ ਕੋਈ ਤਕਲੀਫ ਹੋਈ ਤਾਂ ਮੈਂ ਆਪੇ ਦੱਸੂ ਤੁਸੀਂ ਤਾਂ ਐਵੇਂ ਹੀ ਅੱਧੀ ਗੱਲ ਉਹਨਾਂ ਦੇ ਮੂੰਹ 'ਚ ਹੀ ਸੀ ਕਿ ਗਲਸ ਦੇ ਕੇ ਖੁਰ ਉਲਟੀ ਆ ਗਈ ਬਿਸtre ਨੂੰ ਲੌ ਲਹਣ ਹੋਇਆ ਦੇਖ ਕੇ ਉਹ ਸਾਡੇ ਵੱਲ ਗੁਨਾਹਗਾਰਾਂ ਵਾਂਗ ਝਾਕੇ ਅਸੀਂ ਬਿਨਾਂ ਇੱਕ ਪਲ ਗੁਆਇਆ ਉਹਨਾਂ ਨੂੰ ਪੀਜੀਆਈ ਲੈ ਗਏ ਪੂਰਾ ਦਿਨ ਇਲਾਜ ਚੱਲਦਾ ਰਿਹਾ ਉਹਨਾਂ ਦੇ ਫਰਕ ਦੀ ਹੋਟ ਕੁਝ ਦੇਰ ਲਈ ਬੇਹਰਕਤ ਹੋਈ ਤੇ ਫਿਰ ਹਮੇਸ਼ਾ ਲਈ ਖਾਮੋਸ਼ ਹੋ ਗਈ ਕੋਰੋਨਾ ਵਿੱਚੋਂ ਇੱਕ ਵਾਰ ਵੀ ਸੀ ਜਾਂ ਹਾਈ ਨਹੀਂ ਨਿਕਲੇ